ਸਤਿ ਸ਼੍ਰੀ ਅਕਾਲ। ਮੈਂ ਹਾਂ ਤੁਹਾਡਾ ਹੋਸਟ ਯੁਧਵੀਰ ਸਿੰਘ ਪਵਾਰ ਅਤੇ ਤੁਸੀਂ ਦੇਖ ਰਹੇ ਹੋ ਤੁਹਾਡਾ ਚੈਨਲ ਜੱਟ ਔਨ ਟਰੈਵਲ। ਸੋ ਗਾਇਜ਼, ਅੱਜ ਆਪਾਂ ਇਸ ਵੀਡੀਓ ਦੀ ਰਾਹੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਵੀ ਅੱਜ ਜਿਹੜਾ ਵਰਲਡ ਫੂਡ ਡੇ ਹੈ ਔਰ ਪੂਰੀ ਜਿਹੜਾ ਵਰਲਡ ਦੇ ਵਿੱਚ ਜਿੱਥੇ ਵੀ ਜਿਹੜਾ ਹਿਊਮਨਿਟੀ ਨੂੰ ਪਿਆਰ ਕਰਨ ਵਾਲੇ ਲੋਕ ਨੇ ਉਹ ਅੱਜ ਵਰਲਡ ਫੂਡ ਡੇ ਮਨਾ ਰਹੇ ਹੈ। ਅਤੇ ਵਰਲਡ ਫੂਡ ਡੇ ਮਨਾਉਣ ਦਾ ਮੋਟਿਵ ਇਹ ਹੈ ਵੀ ਪੂਰੇ ਵਰਲਡ ਦੇ ਵਿੱਚ ਕਿਤੇ ਵੀ ਜਿੱਥੇ ਭੁੱਖੇ ਹੰਗਰ ਲੋਕ ਜਿਹੜੇ ਨੇ ਉਹਨਾਂ ਨੂੰ ਜੀਰੋ ਲੈਵਲ 'ਤੇ ਲਿਆਂਦਾ ਜਾਵੇ, ਮਤਲਬ ਜੀਰੋ ਹੰਗਰ ਡੇ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਕੋਈ ਵੀ ਭੁੱਖਾ ਨਾ ਸੋਵੇ। ਜਿੱਦਾਂ ਕਿ ਆਪਣੇ ਸਿੱਖ ਧਰਮ ਤੋਂ ਰਿਲੇਟਡ ਵੀ ਜਿਹੜਾ ਗੁਰੂਆਂ ਨੇ ਲੰਗਰ ਚਲਾਇਆ ਔਰ ਹੋਰ ਵੀ ਜਿਹੜੇ ਜਿਵੇਂ ਕਿ ਮੁਸਲਿਮ ਧਰਮ ਹੈ ਉਹ ਵੀ ਜਿਹੜਾ ਨਾ ਉਹਨਾਂ ਦੇ ਵਿੱਚ ਵੀ ਇਹ ਨਿਯਮ ਹੈ ਵੀ ਅਗਰ ਤੁਸੀਂ ਕੋਈ ਚੀਜ਼ ਲੈ ਕੇ ਆ ਰਹੇ ਹੋ ਉਹਨੂੰ ਵੰਡ ਕੇ ਜਿਹੜਾ ਛਕੋ। ਕੋਈ ਵੀ ਅਗਰ ਤੁਸੀਂ ਤੁਹਾਡੇ ਘਰ ਭੋਜਨ ਬਣਿਆ ਔਰ ਕੋਈ ਦੂਜੇ ਘਰ ਦੇ ਵਿੱਚ ਭੁੱਖਾ ਤਾਂ ਉਹਨਾਂ ਦੇ ਵਿੱਚ ਵੀ ਇਹ ਗੱਲ ਕਹੀ ਗਈ ਹੈ ਵੀ ਤੂੰ ਉਹਦੇ ਨਾਲ ਵੰਡ ਕੇ ਖਾ। ਔਰ ਈਸਾਈ ਧਰਮ 'ਚ ਵੀ ਹੈ, ਜਿੰਨੇ ਵੀ ਧਰਮ ਹੈ ਉਹਨਾਂ ਵਿੱਚ ਵੀ ਜਿਹੜਾ ਨਾ ਵੰਡ ਕੇ ਜਿਹੜਾ ਛਕਣ ਦੇ ਬਾਰੇ ਕਿਹਾ ਗਿਆ ਔਰ ਆਪਣੇ ਸਿੱਖ ਧਰਮ ਦੇ ਵਿੱਚ ਵੀ। ਅਤੇ ਮੈਂ ਸੋਚਿਆ ਵੀ ਕੁਛ ਨਾ ਕੁਛ ਜਿਹੜਾ ਇਹਦੇ ਬਾਰੇ ਬੋਲਿਆ ਜਾਵੇ, ਬਣਾਇਆ ਜਾਵੇ ਔਰ ਅਵੇਅਰ ਕੀਤਾ ਜਾਵੇ। ਕਾਫੀਆਂ ਨੂੰ ਤਾਂ ਮੈਨੂੰ ਲੱਗਦਾ ਵੀ ਸ਼ਾਇਦ ਪਤਾ ਵੀ ਨਹੀਂ ਹੋਊਗਾ ਵੀ ਅੱਜ ਵਰਲਡ ਫੂਡ ਡੇ ਆ। ਔਰ ਇੱਕ ਵੀਡੀਓ ਜਿਹੜੀ ਹੈ ਮੈਂ ਡੈਲੀ ਬਣਾਈ ਸੀਗੀ, ਜਿਹੜਾ ਵੀ ਮੇਰੀ ਆਦਤ ਕੀ ਹੈ ਵੀ ਮੈਂ ਕੋਈ ਵੇਸਟ ਨਹੀਂ ਕਰਦਾ ਕੋਈ ਵੀ ਜਿਹੜੀ ਚੀਜ਼ ਹੈ। ਅਗਰ ਮੰਨ ਲਓ ਮੈਨੂੰ ਲੱਗਦਾ ਵੀ ਮੈਂ ਜ਼ਿਆਦਾ ਲੈ ਲਈ ਤਾਂ ਮੈਂ ਉਹਨੂੰ ਪੈਕ ਕਰਵਾ ਲੈਣਾ, ਇੱਕ ਤਾਂ ਜੂਠਾ ਨਹੀਂ ਕਰਦਾ ਮੈਂ ਉਹਨੂੰ ਪੈਕ ਕਰਵਾ ਕੇ। ਨੀਅਰ ਬਾਈ ਕੋਈ ਵੀ ਜਿਹੜਾ ਕੋਈ ਭੁੱਖਾ ਬੈਠਾ ਜਾਂ ਕੋਈ ਐਸੇ ਲੋਕ ਜਿਹੜੇ ਅਪਰੋਚ ਨਹੀਂ ਕਰ ਸਕਦੇ ਉਹਨਾਂ ਨੂੰ ਮੈਂ ਦੇ ਦਿੰਦਾ। ਇਹ ਤੁਸੀਂ ਵੀ, ਮੈਂ ਤੁਹਾਨੂੰ ਅਪੀਲ ਕਰਦਾ ਇਸ ਬਾਰੇ ਵੀ ਤੁਸੀਂ ਅਗਰ ਮੰਨ ਲਓ ਬਾਹਰ ਜਾਂਦੇ ਹੋ ਕਿਤੇ ਵੀ ਰੈਸਟੋਰੈਂਟ ਦੇ ਵਿੱਚ ਕੋਈ ਹੋਟਲ ਦੇ ਵਿੱਚ, ਤੁਸੀਂ ਉਹਨਾਂ ਹੀ ਲਓ ਜਿੰਨੇ ਤੁਹਾਨੂੰ ਜ਼ਰੂਰਤ ਹੈ। ਅਗਰ ਤੁਸੀਂ ਮੰਨ ਲਓ ਇੱਕ ਬਾਊਲ ਫੁੱਲ ਪਲੇਟ ਔਡਰ ਕਰਤੀ ਤਾਂ ਕੋਈ ਪ੍ਰੋਬਲਮ ਨਹੀਂ, ਤੁਸੀਂ ਉਹਦੇ ਵਿੱਚ ਉਹਨਾਂ ਲੈ ਲਓ, ਸਰਵ ਕਰ ਲਓ। ਜਿਹੜਾ ਬਚ ਜਾਂਦਾ ਵੇਟਰ ਨੂੰ ਕਹੋ ਵੀ ਇਹਨੂੰ ਪੈਕ ਕਰ ਦਿਉ, ਨਾਲ ਦੋ ਚਪਾਤੀਆਂ ਲਓ, ਤਿੰਨ ਲਓ। ਔਰ ਕਿਤੇ ਵੀ ਨੇੜੇ ਤੇੜੇ ਕੋਈ ਬੈਠਾ ਹੈ ਜਿਹੜਾ ਭੁੱਖਾ ਜਾਂ ਸਟੇਟ ਦੇ ਉੱਤੇ ਕੋਈ ਵੀ ਜਿਹੜਾ ਵਿਚਾਰਾ ਬੈਠਾ ਹੈ ਉਹਨਾਂ ਨੂੰ ਤੁਸੀਂ ਦੇ ਦਿਉ, ਬਹੁਤ ਮਿਲ ਜਾਣਗੇ। ਮੈਂ ਕਹਿੰਦਾ ਵੀ ਪ੍ਰੋਡਕਸ਼ਨ ਦੀ ਕੋਈ ਕਮੀ ਨਹੀਂ, ਕਿ ਲੋਕ ਵੇਸਟ ਜ਼ਿਆਦਾ ਕਰ ਰਹੇ ਉਸ ਵਜ੍ਹਾ ਨਾਲ ਜਿਹੜਾ ਨਾ ਜਿਹੜਾ ਫੂਡ ਪਹੁੰਚ ਨਹੀਂ ਪਾ ਰਿਹਾ। ਬਹੁਤ ਵਧੀਆ ਉਪਰਾਲਾ ਹੈ ਔਰ ਅੱਛੀ ਗੱਲ ਹੈ ਜਿਹੜਾ ਅੱਜ ਵਰਲਡ ਫੂਡ ਡੇ ਬਣ ਰਿਹਾ ਔਰ ਇਹਨੂੰ ਹੰਗਰ ਜ਼ੀਰੋ ਲੈਵਲ 'ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਤੇ ਮੈਂ ਇਹੀ ਗੱਲ ਤੁਹਾਨੂੰ ਕਹਿਣਾ ਚਾਹੁੰਦਾ ਵੀ ਵੇਸਟ ਫੂਡ ਨਾ ਕਰੋ ਬਿਲਕੁਲ ਵੀ, ਉਨਾ ਹੀ ਲਓ ਜਿੰਨੀ ਜ਼ਰੂਰਤ ਹੈ ਔਰ ਇਸ ਵੀਡੀਓ ਦਾ ਤੁਸੀਂ ਅੱਗੇ ਆਨੰਦ ਲਓ। ਬ੍ਰਦਰ ਮੈਗਡੀ 'ਚ ਆਏ ਹੋਏ ਸੀਗੇ, ਖੂਬ ਇੰਜੋਏ ਕੀਤਾ ਬ੍ਰਦਰ ਆਇਆ ਹੋਇਆ ਗਗਨ ਔਰ ਮਿਸਟਰ ਸਿੰਘ ਫੂਡ ਹੰਟਰ ਭਾਅ ਜੀ ਕੈਮਰੇ ਦੇ ਉੱਤੇ ਨੇ ਅਤੇ ਬਹੁਤ ਹੀ ਵਧੀਆ ਇੰਜੋਏ ਕੀਤਾ। ਔਰ ਕਿਤੇ ਵੀ ਮੈਗਡੀ ਹੋਵੇ ਮੈਂ ਇੰਜੋਏ ਕਰਦਾ। ਅਤੇ ਇੱਕ ਛੋਟੀ ਜਿਹੀ ਮੈਂ ਚੀਜ਼ ਕੀਤੀ, ਉਪਰਾਲਾ ਕੀਤਾ ਹੈ, ਫਰੈਂਚ ਫਰਾਈਜ਼ ਔਰ ਬਰਗਰ ਲਿੱਤਾ। ਬਾਹਰ ਕਾਫੀ ਇਹੋ ਜਿਹੇ ਹੁੰਦੇ ਨੇ ਲੋਕ ਜਿਹੜੇ ਇੱਥੇ ਨਹੀਂ ਪਹੁੰਚ ਸਕਦੇ, ਅਪਰੋਚ ਨਹੀਂ ਕਰ ਸਕਦੇ, ਤਾਂ ਛੋਟਾ ਜਿਹਾ ਆਪਾਂ ਉਹਨਾਂ ਨੂੰ ਐਜ਼ ਏ ਗਿਫਟ ਮੰਨ ਲਓ ਆਪਾਂ ਖਾਧਾ, ਉਹਨਾਂ ਨੂੰ ਵੀ ਦਈਏ ਆਪਾਂ। ਅਤੇ ਇਹ ਮੈਂ ਉਹਨਾਂ ਵਾਸਤੇ ਪੈਕ ਕਰਵਾਇਆ। ਅਤੇ ਇਹ ਮੈਂ ਸਿਰਫ ਕੋਈ ਸ਼ੋ ਆਫ ਨਹੀਂ ਕਰ ਰਿਹਾ, ਸਿਰਫ ਇੱਕ ਤੁਹਾਨੂੰ ਇੱਕ ਮੈਸੇਜ ਦੇਣਾ ਜਾ ਰਿਹਾ ਵੀ ਜਦੋਂ ਵੀ ਤੁਸੀਂ ਕਿਤੇ ਜਾਂਦੇ ਹੋ ਤੁਸੀਂ ਇੱਕ ਪੈਕ ਕਰਵਾ ਕੇ ਕਿਸੇ ਵੀ ਬਾਹਰ ਜੋ ਕੋਈ ਹੈ ਬੰਦਾ ਜਿਹੜਾ ਨਹੀਂ ਆ ਸਕਦਾ, ਅਪਰੋਚ ਨਹੀਂ ਕਰ ਸਕਦਾ, ਉਹਨੂੰ ਯਾਰ ਤੁਸੀਂ ਜ਼ਰੂਰ ਦਿਓ।